ਚੈਨਲ ਦਾ ਹੋ ਜੂ ਜੀ ਪ੍ਰਿੰਟ ਮੀਡੀਆ ਦਾ ਲਾਗੂ ਖਬਰ ਇੱਕ ਦਿਨ ਜੀ ਕਹਿੰਦਾ ਮੈਨੂੰ ਕੰਮ ਦੇ ਕੇ ਜਾਓ ਕੋਈ ਸਵਾਲ ਦੇਖ ਲੋਕਾਂਤਕ ਸਾਹਿਬ ਨੇ ਉੱਥੇ ਕੈਂਡੀਡੇਟ ਖੜਾ ਕੀਤਾ ਸੰਗਰੂਰ ਤੋਂ ਚੋਣ ਲੜ ਰਹੇ ਹੋ ਕਿਹੜੇ ਮੁੱਦੇ ਮੇਨ ਰਹਿਣਗੇ ਜਿਹਨਾਂ ਨੂੰ ਲੈ ਕੇ ਤੁਸੀਂ ਸੰਗਰੂਰ ਤੋਂ ਚੋਣ ਲੜ ਜਿਹੜੇ ਸੰਗਰੂਰ ਦੇ ਮੁੱਦੇ ਹੈਗੇ ਜੀ ਅਸੀਂ ਇੱਥੇ ਸਭ ਤੋਂ ਜ਼ਿਆਦਾ ਕਣਕ ਅਤੇ ਚੌਲ ਪੈਦਾ ਕਰਦੇ ਹਾਂ ਇਹ ਇੰਡੀਆ ਦੀ ਗ੍ਰੈਨਰੀ ਹੈ ਅਤੇ ਜਦੋਂ ਕਾਲ ਹੋ ਗਿਆ ਸੀ ਇੰਡੀਆ 'ਚ ਇੰਦਰਾ ਗਾਂਧੀ ਦੇ ਟਾਈਮ 'ਚ ਅਮੈਰੀਕਾ ਤੋਂ ਕਣਕਾਂ ਆਉਂਦੀਆਂ ਸੀ ਬਾਹਰ ਤੋਂ ਉਦੋਂ ਬਾਅਦ ਸੰਗਰੂਰ ਦੇ ਹਲਕੇ ਨੇ ਸਾਰਾ ਕੁਝ ਸਾਂਭਿਆ ਹੈਗਾ ਅਤੇ ਅੱਜ ਸਾਨੂੰ ਬੜਾ ਤਰਸ ਆਉਂਦਾ ਹੈ ਕਿ ਸੰਗਰੂਰ ਦੇ ਕਿਸਾਨ ਅਤੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹੈ ਅਤੇ ਜੇ ਇਹਨਾਂ ਨੇ ਦੇਸ਼ ਦੇ ਲਈ ਇੰਨਾ ਅੰਨ ਪੈਦਾ ਕੀਤਾ ਹੈ ਤਾਂ ਫਿਰ ਦੇਸ਼ ਨੂੰ ਵੀ ਤਾਂ ਕੁਛ ਕਰਨਾ ਚਾਹੀਦਾ ਹੈ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਸਾਨ ਅੱਜ ਜਿਨ੍ਹਾਂ ਦੇ ਸਿਰ 'ਤੇ ਤੁਹਾਡੀ ਫੌਜ ਲੜਦੀ ਹੈ ਜਿਸ ਦੇ ਸਿਰ ਦੇ ਉੱਤੇ ਸਾਰੇ ਕੰਮਕਾਰ ਹੁੰਦੇ ਹੈ ਜਿਹਦੇ ਸਿਰ ਦੇ ਉੱਤੇ ਤੁਹਾਡੀ ਇੱਜ਼ਤ ਰਹੀ ਹੈ ਨਹੀਂ ਤਾਂ ਮੰਗਤਿਆਂ ਵਰਗਣ ਜਵਾਹਰ ਲਾਲ ਨਹਿਰੂ ਇੰਦਰਾ ਗਾਂਧੀ ਮੁਰਾਰਜੀ ਦੇਸਾਈ ਇਹ ਅਮੈਰੀਕਾ ਚਲੇ ਜਾਂਦੇ ਸੀ ਆਸਟ੍ਰੇਲੀਆ ਚਲੇ ਜਾਂਦੇ ਸੀਗੇ ਕਿ ਸਾਨੂੰ ਕਣਕ ਦਿਓ ਸਾਨੂੰ ਚੌਲ ਦਿਓ ਤਾਂ ਅੱਜ ਕੀ ਵਜ੍ਹਾ ਹੈ ਕਿ ਨਾ ਤਾਂ ਪੰਜਾਬ ਦੀ ਸਰਕਾਰ ਕੁਛ ਕਰ ਰਹੀ ਹੈ ਅਤੇ ਨਾ ਤਾਂ ਇਹ ਸੈਂਟਰ ਦੀ ਸਰਕਾਰ ਕਰ ਸਕਦੀ ਹੈ ਅੰਗਰੇਜ਼ਾਂ ਦੇ ਵੇਲੇ ਜਿਹੜੇ ਕਿਸਾਨ ਹੁੰਦੇ ਸੀਗੇ ਉਹਨਾਂ ਨੂੰ 33% ਫੌਜ ਦੇ ਵਿੱਚ ਰਿਜ਼ਰਵੇਸ਼ਨ ਸੀਗੀ ਅਤੇ ਕਿਸਾਨੀ ਤਾਂ ਅੰਗਰੇਜ਼ਾਂ ਨੇ ਬਚਾਈ ਸੀਗੀ ਕਿ ਇੱਕ ਮੁੰਡਾ ਉਹ ਨੌਕਰੀ ਦੇ ਦਿੰਦੇ ਸੀਗੇ ਬੇਸ਼ੱਕ ਖੇਤ ਮਜ਼ਦੂਰ ਦਾ ਹੁੰਦਾ ਸੀ ਬੇਸ਼ੱਕ ਕਿਸਾਨ ਦਾ ਹੁੰਦਾ ਸੀਗਾ ਅਤੇ ਹੁਣ ਬਿਲਕੁਲ ਹੀ ਤਵੱਜੋ ਇਸ ਦੇਸ਼ ਦੀ ਕਿਸਾਨਾਂ ਪ੍ਰਤੀ ਖਤਮ ਹੋ ਚੁੱਕੀ ਹੈ ਦੂਸਰੇ ਪਾਸੇ ਜਿਹੜੇ ਵਪਾਰੀ ਹੈ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਬੋਝ ਪਾ ਦਿੱਤਾ ਹੈ ਜਿਹੜਾ ਨੋਟਬੰਦੀ ਕੀਤੀ ਹੈ ਅਤੇ ਫਿਰ GST ਲਾ ਦਿੱਤਾ ਹੈਗਾ ਅਤੇ ਮੋਦੀ ਅਤੇ BJP ਸਰਕਾਰ ਨੇ ਬਹੁਤ ਵਾਅਦੇ ਕੀਤੇ ਆ ਉਹਨਾਂ ਨੇ ਕਿਹਾ ਕਿ 1 ਕਰੋੜ ਅਸੀਂ ਨੌਕਰੀਆਂ ਦੇਵਾਂਗੇ ਸਾਡੇ ਹਲਕੇ ਸੰਗਰੂਰ ਦੇ ਵਿੱਚ ਤਾਂ ਕਿਸੇ ਨੂੰ ਨੌਕਰੀ ਉਸ ਸਕੀਮ ਦੇ ਪਿੱਛੇ ਨਹੀਂ ਮਿਲੀ ਫਿਰ ਮੋਦੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਕਿ 15-15 ਲੱਖ ਜਿਹੜੇ ਮਜ਼ਦੂਰ ਹੈ ਗਰੀਬ ਹੈ ਉਹਨਾਂ ਦੇ ਅਸੀਂ ਬੈਂਕਾਂ ਦੇ ਵਿੱਚ ਪੈਸੇ ਪਾਵਾਂਗੇ ਉਹ ਵੀ ਨਹੀਂ ਕੀਤਾ ਕੈਪਟਨ ਸਾਹਿਬ ਨੇ ਸਮਾਰਟਫੋਨਸ ਨਹੀਂ ਦਿੱਤੇ ਉਹਨਾਂ ਨੇ ਕਿਹਾ ਸੀ ਅਸੀਂ ਕਰਜ਼ਾ ਮਾਫ਼ ਕਰ ਦੇਣਾ ਉਹ ਮਾਫ਼ ਨਹੀਂ ਹੋਇਆ ਅਤੇ ਜਿੰਨੀਆਂ ਵੀ ਸਰਕਾਰਾਂ ਆਈਆਂ ਇਹਨਾਂ ਨੇ ਆਪਣੇ ਵਾਅਦੇ ਨਹੀਂ ਮੈਨੀਫੈਸਟੋ ਦੇ ਵਿੱਚ ਪੂਰੇ ਕੀਤੇ ਅਤੇ ਜਿੱਥੇ ਸਰਕਾਰਾਂ ਨੇ ਨਹੀਂ ਕੀਤਾ ਮੈਂ ਸਮਝਦਾ ਕਿ ਅਸੀਂ ਜਿਹੜੇ ਵੋਟਰ ਹੈ ਅਸੀਂ ਵੀ ਬੜੇ ਭੋਲੇ ਭਾਲੇ ਹੈਗੇ ਹੈ ਕਿਉਂ ਕਰਕੇ ਸਰਕਾਰਾਂ ਤਾਂ ਅਸੀਂ ਵੋਟ ਦੇ ਰਾਹੀਂ ਬਣਾਉਂਦੇ ਹਾਂ ਅਤੇ ਅਸੀਂ ਵੋਟ ਪਾਉਣ ਤੋਂ ਪਹਿਲਾਂ ਸੋਚਦੇ ਕਿਉਂ ਨਹੀਂ ਹੈਗੇ ਛਾਲ ਮਾਰਨ ਤੋਂ ਪਹਿਲਾਂ ਸੋਚੀਦਾ ਤਾਂ ਹੁੰਦਾ ਕਿ ਅੱਗੇ ਖੱਡਾ ਅੱਗੇ ਮੈਦਾਨ ਹੈਗਾ
ਇਹ ਵੋਟਰਾਂ ਦਾ ਵੀ ਬਹੁਤ ਕਸੂਰ ਹੈ ਕਿ ਉਹ ਸੋਚਦੇ ਨਹੀਂ ਹੈਗੇ। ਮਹਾਂ ਸਾਹਿਬ ਤੁਸੀਂ ਪਹਿਲਾਂ ਵੀ MP ਰਹੇ ਹੋ, ਉਸ ਟਾਈਮ ਤੁਸੀਂ ਵੋਟਰਾਂ ਨਾਲ ਕਿਹੜੇ ਵਾਅਦੇ ਕੀਤੇ ਸੀ ਅਤੇ ਕਿਹੜੇ ਕਿਹੜੇ ਗੱਲਾਂ ਜੋ ਤੁਸੀਂ ਪੂਰੀਆਂ ਕੀਤੀਆਂ, ਤੁਹਾਡੇ ਉਸ ਸਮੇਂ ਦੇ ਕਿਹੜੇ ਕਿਹੜੇ ਵੱਡੀਆਂ ਪ੍ਰਾਪਤੀਆਂ ਨੇ? ਮੈਂ ਸਾਰੇ ਪਿੰਡਾਂ ਦੇ ਵਿੱਚ ਆਪਣੀਆਂ ਗ੍ਰਾਂਟਾਂ ਭੇਜਤੀਆਂ ਸੀਗੀਆਂ, ਗਊਸ਼ਾਲਾ ਬਣਾਤੀਆਂ ਸੀਗੀਆਂ, ਮੁਸਲਮਾਨਾਂ ਦੇ ਕਬਰਸਤਾਨ ਦੀ ਚਾਰ ਦੀਵਾਰੀ ਬਣਾਤੀ ਸੀ, ਰੰਗਰੇਟਿਆਂ ਦੇ ਦਰਵਾਜ਼ੇ ਬਣਵਾਤੇ ਸੀਗੇ, ਧਰਮਸ਼ਾਲਾ ਬਣਾਤੀਆਂ ਸੀਗੀਆਂ, ਅਤੇ ਕੋਈ ਅਸੀਂ ਝਗੜਾ ਨਹੀਂ ਨਿਰੰਕਾਰੀਆਂ ਦਾ ਪ੍ਰੇਮੀਆਂ ਦਾ ਹੋਣ ਦਿੱਤਾ। ਟਰੱਕ ਯੂਨੀਅਨ ਦੇ ਵਿੱਚ ਬਿਲਕੁਲ ਸਥਿਰਤਾ ਰੱਖੀ ਹੈ ਅਤੇ ਨਾ ਕੋਈ ਖੁਦਕਸ਼ੀ ਹੋਈ ਹੈ, ਨਾ ਕੁਛ ਇਹੋ ਜਿਹੀ ਚੀਜ਼ ਹੋਈ ਹੈ, ਅਤੇ ਸਾਰੀਆਂ ਜਿਹੜੀਆਂ ਸੜਕਾਂ ਹੈ ਉਹ ਮੈਂ ਬਣਵਾਤੀਆਂ। ਮੈਂ ਦੇਖਿਆ ਕਿ ਜਿਹੜੀਆਂ ਸੜਕਾਂ ਇਹ ਸਾਡੀ ਉੱਨਤੀ ਦੇ ਲਈ ਬਹੁਤ ਜ਼ਰੂਰੀ ਹੈ, ਇਸ ਕਰਕੇ ਬਰਨਾਲੇ ਨੂੰ ਸ਼ੇਰਪੁਰ ਦੇ ਨਾਲ ਜੋੜਤਾ, ਸ਼ੇਰਪੁਰ ਨੂੰ ਮਲੇਰਕੋਟਲੇ ਦੇ ਨਾਲ ਜੋੜਤਾ, ਜਿਹੜਾ ਕਿ ਸੜਕ ਹੈ ਨਹੀਂ ਸੀਗੀ। ਇਸ ਤਰ੍ਹਾਂ ਮੇਰੀ ਖਾਸ ਸੀਗੀ ਕਿ ਆਹ ਜਿਹੜੀ ਬਰਨਾਲੇ ਤੋਂ ਸੜਕ ਜਾਂਦੀ ਹੈ ਇਹ ਢਿਲਵਾਂ ਤੋਂ ਨਹੀਂ, ਇਹ ਕੈਂਚੀਆਂ ਤੋਂ, ਜਿਹੜੀ ਕੈਂਚੀਆਂ ਤੋਂ ਜਾਂਦੀ ਹੈ ਅੰਮ੍ਰਿਤਸਰ ਤੋਂ ਸੜਕ ਆਉਂਦੀ ਹੈ, ਮੋਗੇ ਤੋਂ ਆਉਂਦੀ ਹੈ, ਇਸ ਨੂੰ ਢਿਲਵਾਂ ਦੇ ਨਾਲ ਤਪੇ ਦੇ ਨਾਲ ਅੱਗੇ ਮਾਨਸਾ ਦੇ ਨਾਲ ਮੈਂ ਜੋੜਦਾ ਸੀਗਾ। ਮੇਰੀ ਖਾਸ ਸੀਗੀ ਕਿ ਜਿਵੇਂ GT ਰੋਡ ਹੈਗੀ ਹੈ, ਇਹ ਇੱਕ ਹੋਰ ਰਸਤਾ ਮੈਂ ਦਿੱਲੀ ਨੂੰ ਬਣਾਵਾਂ, ਇਸ ਇਲਾਕੇ ਦੇ ਵਿੱਚੋਂ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਇਹ ਸਾਡਾ ਹਲਕਾ ਵਿੱਚ ਉਸ GT ਰੋਡ ਦੇ ਵਿੱਚ ਆਵੇ ਜਿੱਥੇ ਵਪਾਰ ਵਧੇ ਅਤੇ ਆਵਾਜਾਈ ਵਧੇ। ਮੈਂ ਬਹੁਤ ਕਾਮਯਾਬੀ ਦੇ ਨਾਲ ਪੱਖੋ ਕੈਂਚੀਆਂ ਤੋਂ ਲੈ ਗਿਆ ਸੀਗਾ ਅਗਲੇ ਪੱਖੇ ਤੋਂ ਪੱਖੋ ਅਤੇ ਮਾਨਸਾ ਤੱਕ, ਪਰ ਜਦੋਂ ਮੈਂ ਹਟ ਗਿਆ ਇਹ ਚੀਜ਼ ਨਹੀਂ ਬਣੀ। ਅਤੇ ਜਿਹੜਾ ਹੋਸਪਿਟਲ ਇੱਥੇ PGI ਬਣੀ ਹੈ, ਇਹਦੀ ਵੀ ਸਕੀਮ ਮੈਂ ਦਿੱਤੀ ਸੀਗੀ, ਪਰ ਮੇਰੇ ਬਾਅਦ ਸਿੰਗਲਾ ਸਾਹਿਬ ਜਦੋਂ MP ਬਣੇ ਆ ਉਹਨਾਂ ਨੇ ਪੂਰੀ ਕਰਤੀ, ਉਹਨਾਂ ਨੂੰ ਮੈਂ ਸ਼ਾਬਾਸ਼ ਦਿੰਦਾ। ਅਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ ਕੰਮ ਨਹੀਂ ਮੈਂ ਛੱਡਿਆ ਜਿਹੜਾ ਨਹੀਂ ਕੀਤਾ। ਸਾਰੇ ਸੜਕਾਂ ਦੇ ਉੱਤੇ ਦਰਖਤ ਹੈ ਨਹੀਂ ਸੀਗੇ, ਦਰਖਤ ਲਵਾ ਤੇ ਜਿੰਨੇ ਵੀ ਮਹਿਕਮੇ ਸੀਗੇ ਉਹਨਾਂ ਦੇ ਉੱਤੇ ਇਹ ਮੈਂ ਪੂਰਾ ਇਹ ਕੰਮ ਕੀਤਾ। ਮੌਜੂਦਾ ਸਾਂਸਦ ਭਗਵੰਤ ਮਾਨ ਦੇ 5 ਸਾਲ ਦੇ ਕਾਰਜਕਾਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਵੀ ਉਹਨਾਂ ਨੇ ਕੋਈ ਕੰਮ ਕੀਤਾ ਜਾਂ ਨਹੀਂ ਕੀਤਾ? ਕਿੰਨਾ ਕੁ ਮੁਕਾਬਲਾ ਦੇਖਦੇ ਤੁਸੀਂ ਆਪਦੇ ਨਾਲ ਸਰ? ਮੰਨ ਲਓ ਢੀਂਡਸਾ ਸਾਹਿਬ ਨੇ ਜਵਾਬ ਜਿਸ ਤਰ੍ਹਾਂ ਦਿੱਤਾ ਜੀ, ਕਿਸ ਤਰ੍ਹਾਂ ਦੇਖਦੇ ਹੋ ਸਾਰੀ ਸਿਆਸਤ? ਠੀਕ ਹੈ, ਪਰ ਮੈਂ ਆਪਣੇ ਕੰਮ ਦੇ ਆਧਾਰ ਦੇ ਉੱਤੇ ਜਿਹੜੀ ਮੇਰੀ ਲਿਆਕਤ ਹੈ ਉਹਦੇ ਕੰਮ ਦੇ ਉੱਤੇ ਇਹ ਮੈਂ ਇਲੈਕਸ਼ਨ ਲੜ ਰਿਹਾ। ਇਹ ਜੋ ਭਗਵੰਤ ਮਾਨ ਨੇ ਕੀਤਾ ਜਾਂ ਹੋਰ ਕਿਸੇ ਨੇ ਕੀਤਾ ਤਾਂ ਮੈਂ ਦੱਸੀ ਤਾਂ ਜਾਂਦਾ। ਜਿਵੇਂ ਸਿੰਗਲੇ ਨੇ ਬਹੁਤ ਅੱਛਾ ਕੀਤਾ, ਮੇਰੇ ਤੋਂ ਬਾਅਦ AIIMS ਬਣਾਤਾ, ਜਿਹੜੀ ਜਿਹੜੀ ਤਾਰੀਫ ਕਰਨ ਯੋਗ ਹੈਗੀ ਹੈ ਮੈਂ ਕਰੀ ਜਾਂਦਾ ਹੈਗਾ। ਅਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਦੇ ਵਿੱਚ ਟਕਸਾਲੀ ਵੀ ਅਲੱਗ ਹੋ ਗਏ ਅਤੇ ਉੱਧਰੋਂ ਢੀਂਡਸਾ ਪਰਿਵਾਰ 'ਚੋਂ ਢੀਂਡਸਾ ਸਾਹਿਬ ਕਹਿੰਦੇ ਇਲੈਕਸ਼ਨ ਲੜਨੀ ਨਹੀਂ ਹੈਗੀ, ਸਾਰੇ ਅਹੁਦੇ ਛੱਡ ਤੇ ਪਰਮਿੰਦਰ ਨੂੰ ਕਹਿ ਰਹੇ ਨੇ ਇਲੈਕਸ਼ਨ ਲੜਨਗੇ, ਅਤੇ ਮਾਨ ਅਤੇ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦੀ ਟੱਕਰ ਮਹਿਸੂਸ ਕਰਦੇ ਹੋ ਅਤੇ ਕਿਵੇਂ ਦੇਖਦੇ ਹੋ? ਜਿਹੜਾ ਢੀਂਡਸਾ ਸਾਹਿਬ ਹਨ ਜੀ, ਇਹਦੇ ਨਾਲ ਬੇਇਨਸਾਫੀ ਬਹੁਤ ਕੀਤੀ ਹੈ। ਜਦੋਂ ਇਹ 1999 ਦੇ ਵਿੱਚ ਅਸੀਂ MP ਬਣੇ ਹੈ, ਕਿੰਨਾ ਚਿਰ ਬਾਦਲ ਨੇ ਮਿਨਿਸਟਰ ਨਹੀਂ ਬਣਨ ਦਿੱਤਾ, ਕਿਉਂ ਕਰਕੇ ਉਹ ਚਾਹੁੰਦਾ ਸੀਗਾ ਕਿ ਮੈਂ ਸੁਖਬੀਰ ਜਿਹੜਾ ਇਲੈਕਸ਼ਨਾਂ 'ਚ ਹਾਰ ਗਿਆ ਉਸ ਨੂੰ ਮੈਂ ਸੈਂਟਰ ਦੇ ਵਿੱਚ ਮਿਨਿਸਟਰ ਬਣਾਵਾਂ। ਅਤੇ ਢੀਂਡਸਾ ਸਾਹਿਬ ਸੀਨੀਅਰ ਮੋਸਟ ਸੀਗੇ, ਪਰ ਜਿਹੜੀ IBC ਅਤੇ ਜਿਹੜੀ ਇਹ ਰੋਅ ਸੀ ਉਹਨਾਂ ਨੇ ਵਾਜਪੇਈ ਨੂੰ ਸ਼ਿਕਾਇਤ ਕੀਤੀ ਕਿ ਜੇ ਸੁਖਬੀਰ ਨੂੰ ਤੁਸੀਂ ਵਜ਼ੀਰ ਬਣਾਓਗੇ ਰਾਜ ਸਭਾ ਦੇ ਵਿੱਚੋਂ, ਤਾਂ ਜਿਹੜੀਆਂ ਬੀਬੀਆਂ ਰੂਸ ਅਤੇ ਯੂਕਰੇਨ ਦੇ ਵਿੱਚ ਬਿਲਕੁਲ ਗਰੀਬੀ ਧਾਰ ਗਈਆਂ ਹੈ ਉਹ ਇੱਥੇ ਧੰਦਾ ਕਰਨ ਦੇ ਲਈ ਟਰਾਊਟ ਲੈ ਕੇ ਆਉਂਦੇ ਹੈ ਅਤੇ ਸੁਖਬੀਰ ਉਹਨਾਂ ਦੇ ਕੋਲ ਜਾਂਦਾ। ਇਸ ਕਰਕੇ ਸੁਖਬੀਰ ਨੂੰ ਵਾਜਪੇਈ ਨੇ ਨਹੀਂ ਬਣਾਇਆ। ਅਤੇ ਜਿਹੜਾ ਮੈਂ ਜ਼ੋਰ ਲਾਇਆ ਕਿ ਢੀਂਡਸਾ ਸਾਹਿਬ ਨੂੰ ਬਣਾਓ ਅਤੇ ਉਹਨਾਂ ਨੂੰ ਬਣਾ ਤਾਂ ਦਿੱਤਾ, ਪਰ ਉਹਨਾਂ ਨੂੰ ਉਹੋ ਜਿਹਾ ਮਹਿਕਮਾ ਨਹੀਂ ਦਿੱਤਾ ਗਿਆ ਜਿਹੜਾ ਸਿੱਖ ਨੂੰ ਦੇਣਾ ਚਾਹੀਦਾ ਸੀ, ਜਾਂ ਫੋਰਨ ਅਫੇਅਰਸ ਜਾਂ ਫਾਈਨੈਂਸ ਜਾਂ ਹੋਮ ਅਫੇਅਰਸ ਜਾਂ ਡਿਫੈਂਸ। ਉਹਨਾਂ ਨੂੰ ਸਿਰਫ ਆਹ ਫਰਟੀਲਾਈਜ਼ਰ ਦਾ ਮਹਿਕਮਾ ਦਿੱਤਾ। ਅਤੇ ਉਦੋਂ ਬਾਅਦ ਵੀ ਇਹ ਬਾਦਲ ਸਾਹਿਬ ਨੇ ਉਹਨਾਂ ਦੀ ਨਹੀਂ ਕੀਤੀ। ਹੁਣ ਵੀ ਬਹੁਤ ਜੂਨੀਅਰ ਮਿਨਿਸਟਰ ਸਾਡਾ ਬੀਬੀ ਹਰਸਿਮਰਤ ਕੌਰ ਨੂੰ ਸੈਂਟਰ ਦੇ ਵਿੱਚ ਭੇਜਿਆ ਹੈ, ਉਹ ਵੀ ਜਿਹੜਾ ਐਗਰੀਕਲਚਰ ਦਾ ਮਹਿਕਮਾ ਉਹਨੂੰ ਤੋੜ ਕੇ ਇਹ ਫੂਡ ਪ੍ਰੋਸੈਸਿੰਗ ਦਾ ਜਿਹੜਾ ਸਿੱਖਾਂ ਦੇ ਲਾਇਕ ਨਹੀਂ ਹੈ, ਇਹਦੇ ਵਿੱਚ ਵੀ ਸੀਨੀਅਰ ਮਿਨਿਸਟਰ ਢੀਂਡਸਾ ਸਾਹਿਬ ਨੂੰ ਹੋਣਾ ਚਾਹੀਦਾ ਸੀਗਾ।
ਅਤੇ ਜਿਹੜੀ ਬੀਬੀ ਹਰਸਿਮਰਤ ਕੌਰ ਹੈ ਉਹ ਬਹੁਤ ਅੱਛੇ ਹੈਗੇ ਆ, ਖਾਨਦਾਨੀ ਨੇ, ਪਰ ਮੇਰਾ ਮਤਲਬ ਮੈਂ ਪੁੱਛਦਾ ਕਿ ਜਦੋਂ ਮੋਦੀ ਸਾਹਿਬ ਨੇ ਜੰਗ ਲਾਉਣਾ ਸੀ ਪਾਕਿਸਤਾਨ ਦੇ ਨਾਲ, ਅਤੇ ਜਦੋਂ ਵੀ ਜੰਗ ਲਈਦਾ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੀ ਕਮੇਟੀ ਹੁੰਦੀ ਹੈ, ਅਤੇ ਉਹਦੇ ਵਿੱਚ ਜੇ ਅਕਾਲੀ ਦਲ ਬਾਦਲ ਦਾ ਸਮਝੌਤਾ ਹੈ, ਬੀਜੇਪੀ ਆਰ ਐੱਸ ਐੱਸ ਨਾਲ ਸੈਂਟਰ ਦੇ ਵਿੱਚ ਭਾਈਵਾਲ ਹੈਗੇ ਹੈ, ਫਿਰ ਉਹ ਫੈਸਲੇ ਦੇ ਵਿੱਚ ਸਿੱਖ ਨੁਮਾਇੰਦਾ ਕਿਉਂ ਨਹੀਂ ਬੁਲਾਇਆ? ਜੇ ਸਿੱਖ ਨੁਮਾਇੰਦਾ ਤੁਸੀਂ ਨਹੀਂ ਬੁਲਾਓਗੇ, ਫਿਰ ਰਿਪ੍ਰਜੈਂਟੇਸ਼ਨ ਅਤੇ ਨੁਮਾਇੰਦਗੀ ਤੋਂ ਬਗੈਰ ਸਿੱਖ ਕਿਵੇਂ ਲੜ ਸਕਦੇ ਆ ਕੋਈ ਵੀ ਲੜਾਈ? ਸਾਡੀ ਤਾਂ ਨੁਮਾਇੰਦਗੀ ਨਹੀਂ ਹੋਈ। ਸੋ ਇਹ ਸਾਰਾ ਕੁਛ ਜਿਹੜੀ ਇਹ ਢੀਂਡਸਾ ਸਾਹਿਬ ਦੇ ਨਾਲ ਕੀਤਾ ਹੈ ਬਾਦਲ ਸਾਹਿਬ ਨੇ, ਇਹ ਬਹੁਤ ਨਜਾਇਜ਼ ਕੀਤਾ, ਅਤੇ ਐਡੇ ਸੀਨੀਅਰ ਲੀਡਰ ਨੂੰ ਇਸ ਤਰ੍ਹਾਂ ਨਹੀਂ ਸੀ। ਦੂਜਾ ਬਲਵਿੰਦਰ ਸਿੰਘ ਭੁੰਦੜ ਸਾਹਿਬ ਵੀ ਹੈਗੇ ਹੈ, ਉਹਨਾਂ ਨੂੰ ਵੀ ਦੂਰ ਰੱਖਦੇ ਹੈ, ਤਾਂ ਇਹ ਸਾਰੀ ਬ੍ਰਹਮਪੁਰਾ ਸਾਹਿਬ ਵੀ ਤਾਂ ਹੀ ਟੁੱਟ ਗਏ, ਸਾਰਾ ਕੁਛ ਹੋ ਗਿਆ। ਤਾਂ ਮੈਂ ਸਮਝਦਾ ਕਿ ਇਹ ਹੁਣ ਜ਼ੋਰ ਲਾ ਕੇ ਉਹ ਐੱਮ ਪੀ ਭੇਜਣਗੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲ ਸਕਣ ਅਤੇ ਪੰਜਾਬ ਦੀ ਗੱਲ ਕਰ ਸਕਣ। ਜਿਹੜੀਆਂ ਗੱਲਾਂ ਇੱਥੇ ਤਰੁੱਟੀ ਆਈ ਹੋਈ ਹੈ, ਪੰਜਾਬ ਦੀ ਸਰਕਾਰ ਨਹੀਂ ਚੱਲ ਰਹੀ, ਸੈਂਟਰ ਦੇ ਵਿੱਚ ਕੋਈ ਡਾਇਰੈਕਸ਼ਨ ਦੇਣ ਵਾਲਾ ਹੈ ਨਹੀਂ ਗਾ। ਜਦੋਂ ਹੁਣ ਮੋਦੀ ਸਾਹਿਬ ਨੇ ਜਿੰਨੇ ਵੀ ਵਾਅਦੇ ਕੀਤੇ ਸੀਗੇ, ਕੈਪਟਨ ਸਾਹਿਬ ਨੇ ਵੀ ਕੀਤੇ ਸੀਗੇ, ਉਹ ਫੇਲ ਹੈ ਨਾ? ਸਾਡਾ ਤਾਂ ਨਹੀਂ, ਸਾਡੀ ਪਾਰਟੀ ਦਾ ਸਮਝੌਤਾ ਹੋਇਆ ਹੈ ਬਹੁਜਨ ਮੁਕਤੀ ਮੋਰਚਾ ਅਤੇ ਪਾਰਟੀ ਦੇ ਨਾਲ, ਅਸੀਂ ਉਹਨਾਂ ਦੇ ਨਾਲ ਹੈਗੇ ਹਾਂ, ਉਹਨਾਂ ਨੇ ਵੀ ਆਪਣੇ ਕੈਂਡੀਡੇਟ ਖੜ੍ਹੇ ਕਰਨੇ ਆ, ਅਤੇ ਅਸੀਂ ਉਹਨਾਂ ਨਾਲ। ਤੁਹਾਡੀ ਵਾਰੀ,